असी बार बार बैंस ब्रदर सिमरजीत सिंह बैंस से बलविंदर बैंस के चिट्ठे तां खोल रहे हैं क्योंकि अपने आप में बड़ा वड्डा कहिंदे सीगे दूजियां नूं दाग लांदे सी पर अज तुसीं देख सकदे हो वी इन्हां दे अपने दाग लगे। मनी बैंस मनिंदर सिंह मनी उहदियां जिहड़ियां सोशल मीडिया के हथियारां दे नाल ते नशे दे नाल जिहड़ियां वीडियो या फोटो अपलोड कीतियां इह दर्शांदियां कि इन्हां दे किन्ने पाणी च है। ये अज एक चिट्ठा खोलिया भी ये नशे के सौदागर है चिट्टे के सौदागर से आने वाले टाइम च ਹੋਰ ਬੜੀਆਂ ਬੜੀਆਂ ਜਿਹੜੀਆਂ ਇਹਨੀਆਂ ਚੀਜ਼ਾਂ ਬਾਹਰ ਕੱਢੀਆਂ ਜਾਣਗੀਆਂ ਕਿਉਂਕਿ ਲੋਕ ਹੁਣ ਜਾਗਰੂਕ ਹੋ ਚੁੱਕੇ। ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਸਿੰਘ ਗੋਸ਼ਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਤੇ ਆਰੋਪ ਲਗਾਏ ਨੇ ਕਿ ਉਹ ਨਸ਼ਾ ਤਸਕਰਾਂ ਦੀ ਸਹਾਇਤਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਬੈਂਸ ਦਾ ਕਰੀਬੀ ਅਤੇ ਨਿੱਜੀ ਸਹਾਇਕ ਮਨਿੰਦਰ ਮਨੀ ਨਸ਼ਾ ਕਰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਪਰ ਬੈਂਸ ਇਸ ਬਾਰੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਨੇ। ਮਨੀ ਸ਼ਰਮਾ ਨਸ਼ਾ ਕਰਨ ਦਾ ਆਦੀ ਵੀ ਹੈ ਤੇ ਨਸ਼ਾ ਤਸਕਰੀ ਦਾ ਧੰਦਾ ਵੀ ਕਰਦਾ ਤੇ ਬੈਂਸ ਉਸ ਦੀ ਸਹਾਇਤਾ ਕਰਦਾ। ਕੁਝ ਦਿਨ ਪਹਿਲਾਂ ਮਨਿੰਦਰ ਮਣੀ ਵੱਲੋਂ ਹਥਿਆਰਾਂ ਸਮੇਤ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਗਈਆਂ ਸਨ ਤੇ ਪਿਛਲੇ ਸਾਲ ਵੀ ਸਿਮਰਜੀਤ ਬੈਂਸ ਦਾ ਨੇੜਲਾ ਸਾਥੀ ਅਤੇ ਕੌਂਸਲਰ ਚੋਣਾਂ ਲੜ ਚੁੱਕਿਆ ਬੈਂਸ ਦਾ ਸਾਥੀ ਵੀ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬੈਂਸ ਲਾਈਵ ਹੋ ਕੇ ਦੂਜਿਆਂ ਤੇ ਆਰੋਪ ਲਗਾਉਂਦੇ ਨੇ ਪਰ ਆਪਣੇ ਸਾਥੀਆਂ ਦੇ ਗਲਤ ਕੰਮਾਂ ਬਾਰੇ ਚੁੱਪ ਰਹਿੰਦੇ ਨੇ। ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਸਿਮਰਜੀਤ ਬੈਂਸ ਤੇ ਬਣਦੀ ਕਾਰਵਾਈ ਆਰੰਭ ਕਰੇ। ਅਸੀਂ ਬਾਰ ਬਾਰ ਬੈਂਸ ਬ੍ਰਦਰ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਬੈਂਸ ਦੇ ਚਿੱਠੇ ਤਾਂ ਖੋਲ ਰਿਹਾ ਕਿਉਂਕਿ ਆਪਣੇ ਆਪ ਨੂੰ ਬੜਾ ਵੱਡਾ ਕਹਿੰਦੇ ਸੀਗੇ ਦੂਜਿਆਂ ਨੂੰ ਦਾਗ ਲਾਉਂਦੇ ਸੀ ਪਰ ਅੱਜ ਤੁਸੀਂ ਦੇਖ ਸਕਦੇ ਵੀ ਇਹਨਾਂ ਦੇ ਆਪਣੇ ਦਾਗ ਲੱਗੇ ਇਹਨਾਂ ਦਾ ਆਪਣਾ। ਪਹਿਲਾਂ ਸਭ ਤੋਂ ਪਹਿਲਾਂ ਸੋਨੂੰ ਜੱਟ ਇਹਨਾਂ ਦਾ ਜਿਹੜਾ ਕੌਂਸਲ ਲੜਿਆ ਸੀ ਉਹ ਨਸ਼ੇ ਦਾ ਸੁਦਾਗਰ ਨਿਕਲਿਆ ਫਿਰ ਉਸ ਤੋਂ ਬਾਅਦ ਚਿੱਟੇ ਵਾਲੀ ਭਾਬੀ ਜਿਹੜੇ ਇਹਨਾਂ ਦੇ ਗਲੀ ਦੇ ਨਾਲ ਗਲੀ ਰਹਿੰਦੀ ਹੈ ਕਿਉਂਕਿ ਇਹਨਾਂ ਦੇ ਘਰ ਬੈਠੀ ਰਹਿੰਦੀ ਸੀ ਹਮੇਸ਼ਾ ਸ਼ਰਨਾ ਸ਼ਰਨ ਦਿੰਦੇ ਸੀ ਉਹਨੂੰ। ਤਾਂ ਤੀਜੀ ਗੱਲ ਤੁਸੀਂ ਦੇਖ ਸਕਦੇ ਹੋ ਕਿ ਆਹ ਹੁਣ ਇਹਨਾਂ ਦਾ ਪੀਏ ਮਨੀ ਬੈਂਸ ਮਨਿੰਦਰ ਸਿੰਘ ਮਨੀ ਉਹਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਹਥਿਆਰਾਂ ਦੇ ਨਾਲ ਤੇ ਨਸ਼ੇ ਦੇ ਨਾਲ ਜਿਹੜੀਆਂ ਵੀਡੀਓ ਜਾਂ ਫੋਟੋਆਂ ਅਪਲੋਡ ਕੀਤੀਆਂ ਇਹ ਦਰਸਾਉਂਦੀਆਂ ਕਿ ਇਹਨਾਂ ਦੇ ਕਿੰਨੇ ਪਾਣੀ 'ਚ ਹੈ। ਇਹ ਅੱਜ ਇੱਕ ਚਿੱਠਾ ਖੋਲਿਆ ਵੀ ਇਹ ਨਸ਼ੇ ਦੇ ਸੁਦਾਗਰ ਹੈ ਚਿੱਟੇ ਦੇ ਸੁਦਾਗਰ ਤੇ ਆਉਣ ਵਾਲੇ ਟਾਈਮ 'ਚ ਹੋਰ ਬੜੀਆਂ ਬੜੀਆਂ ਜਿਹੜੀਆਂ ਇਹਨੀਆਂ ਚੀਜ਼ਾਂ ਬਾਹਰ ਕੱਢੀਆਂ ਜਾਣਗੀਆਂ ਕਿਉਂਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਲੋਕ ਸਾਨੂੰ ਇਹ ਚੀਜ਼ਾਂ ਦੇ ਰਹੇ ਪ੍ਰੋਵਾਈਡ ਕਰਾ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂ ਕਿ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਨਸ਼ਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਇਹਨਾਂ ਦਾ ਸੱਚਾਈ ਪਤਾ ਲੱਗ ਸਕੇ। ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ ਜਿਵੇਂ ਮਨ ਚਾਹਿਆ ਪਿਆਰ ਪਤੀ ਪਤਨੀ 'ਚ ਅਣਬਣ ਕਾਲੇ ਜਾਦੂ ਦਾ ਖਾਤਮਾ ਵਸ਼ੀਕਰਨ ਲਾਟਰੀ ਨੰਬਰ ਪਾਓ ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਸੰਪਰਕ ਕਰੋ ਵਿਸ਼ਵਨਾਥ ਤਾਂਤਰੇ। ਤੁਸੀਂ ਸੰਪਰਕ ਕਰ ਸਕਦੇ ਹੋ 90244 70842।